ਸਤਿ ਸ਼੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਜਸਵੀਰ ਸਿੰਘ ਤਲਵਾੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਪੰਜਾਬ ਮੇਰੇ ਸੋਸ਼ਲ ਮੀਡੀਆ ਦੇ ਦੋਸਤਾਂ ਰਾਹੀਂ ਮੈਂ ਸੁਨੇਹਾ ਪਹੁੰਚਾਣਾ ਚਾਹੁੰਦਾ ਸਭ ਤੋਂ ਪਹਿਲਾਂ ਇੱਕ ਅਪੀਲ ਕਰ ਦਿੰਦਾ ਇਸ ਬੇਨਤੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਵੱਧ ਤੋਂ ਵੱਧ ਜਿੱਦਾਂ ਵੀ ਸਾਡੇ ਕਰਮਚਾਰੀ ਸਾਥੀ ਹੈ ਐਨਪੀਐਸ ਨਾਲ ਪੀੜਤ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਣ ਦੀ ਬੇਨਤੀ ਹੈ ਮੇਰੀ ਮੇਰੇ ਨਾਲ ਬੈਠੇ ਨੇ ਸਾਡੇ ਸੂਬੇ ਦੇ ਵਿਦਵਤ ਸਕਤਰ ਵਿਰਿੰਦਰ ਵਿੱਕੀ ਜੀ ਤੇ ਇਸ ਨੂੰ ਰਿਕਾਰਡ ਐਸ ਵੈਲੇ ਤੁਹਾਡੇ ਨਾਲ ਲਾਈਵ ਕਰ ਰਹੇ ਨੇ ਸਾਡੇ ਆਈਟੀ ਵਿੰਗ ਦੇ ਸਤਪਕਾਸ਼ੀ ਸੋ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਬੇਨਤੀਆਂ ਲੈ ਕੇ ਹਾਜ਼ਰ ਹੋਇਆ ਸਰਕਾਰ ਨੇ ਸਾਨੂੰ ਪਿਛਲੀਆਂ ਸਰਕਾਰਾਂ ਨੇ ਵੀ ਲਾਰਿਆਂ ਵਿੱਚ ਰੱਖਿਆ ਇਹ ਮੌਜੂਦਾ ਬਦਲਾਅ ਵਾਲੀ ਸਰਕਾਰ ਜਿਹੜੀ ਹੈ ਇਹ ਵੀ ਸਾਨੂੰ ਲਾਰਿਆਂ ਵਿੱਚ ਰੱਖ ਰਹੀ ਹੈ ਪਿਛਲੇ 18 ਨਵੰਬਰ ਦਾ ਇੱਕ ਅਧੂਰਾ ਨੋਟੀਫਿਕੇਸ਼ਨ ਕੀਤਾ ਉਸ ਤੋਂ ਪਹਿਲਾਂ ਦੀਵਾਲੀ ਦੇ ਮੌਕੇ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਬੜੇ-ਬੜੇ ਐਲਾਨ ਕੀਤੇ ਉਹ ਅਖਬਾਰਾਂ ਦੇ ਵਿੱਚ ਉਹ ਇਸ਼ਤਿਹਾਰ ਵੀ ਵੱਡੇ-ਵੱਡੇ ਆਏ ਕਿ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਦੇਣ ਜਾ ਰਹੇ ਆ ਪਰ ਅਸੀਂ ਇਸ ਸਮੇਂ ਦੀ ਲਗਾਤਾਰ ਪਿਛਲੇ 1 ਸਾਲ ਤੋਂ ਸਰਕਾਰ ਨਾਲ ਲਗਾਤਾਰ ਰੈਲੀਆਂ ਵੀ ਹੋਈਆਂ ਮੁਜ਼ਾਰੇ ਵੀ ਹੋਏ ਦਿਰਵਾ ਰੈਲੀ ਵੀ ਹੋਈ ਉਸ ਤੋਂ ਪਹਿਲਾਂ ਵੀ ਰੈਲੀ ਰੱਖੀ ਸੀ ਜਿਹਦੇ ਵਿੱਚ ਸਰਕਾਰ ਨੇ 6 April ਨੂੰ ਜਿਹੜਾ ਸਾਨੂੰ ਪੰਜਾਬ ਭਵਨ 'ਚ ਮਾਨਯੋਗ ਵਿੱਤ ਮੰਤਰੀ ਜੀ ਨੇ ਬੁਲਾਇਆ ਸੀ ਉਸ ਮੀਟਿੰਗ ਵਿੱਚ ਉਹਨਾਂ ਨੇ 2 ਮਹੀਨੇ ਦਾ ਸਮਾਂ ਮੰਗਿਆ ਇਹ ਕਹਿਣ ਦਾ ਭਾਵ ਵੀ 6 ਜੂਨ ਤੱਕ ਉਹਨਾਂ ਨੇ ਕਿਹਾ ਸੀ ਵੀ ਨੋਟੀਫਿਕੇਸ਼ਨ ਆ ਜਾਏਗਾ 6 ਜੂਨ ਲੰਘਦੀ ਲੰਘਦੀ ਅੱਜ 7 ਮਹੀਨੇ ਹੋ ਗਏ ਆ ਹੁਣ ਸਾਡੀ ਫਿਰ 9 ਨੂੰ ਮੀਟਿੰਗ ਹੋਈ ਉਹਦੇ 'ਚ ਮੈਂ ਫਿਰ ਵਿੱਤ ਮੰਤਰੀ ਜੀ ਨੂੰ ਬੇਨਤੀ ਕੀਤੀ ਢੜਵਾਰੇ ਲਈ ਤੋਂ ਬਾਅਦ ਜਿਹੜੀ ਹੋਈ ਸੀ ਵੀ ਤੁਸੀਂ ਸਾਨੂੰ 2 ਮਹੀਨੇ ਦਾ ਲਾਲਾ ਲਾਇਆ 7 ਮਹੀਨੇ ਹੋ ਗਏ ਪਰ ਅੱਜ ਤੱਕ ਸਰਕਾਰ ਜਿਹੜੀ ਹੈ ਉਹ ਟਸ ਤੋਂ ਮਸ ਨਹੀਂ ਹੋਈ ਪੰਜਾਬ ਸਰਕਾਰ ਕਿਉਂ ਨਹੀਂ ਨੋਟੀਫਿਕੇਸ਼ਨ ਕਰ ਰਹੀ ਹੈ ਕੇਂਦਰ ਵਾਲੇ ਪਾਸੇ ਚੱਲ ਰਹੀ ਹੈ ਜੋ ਗਰੰਟਡ ਪੈਨਸ਼ਨ ਸਕੀਮ ਦੇਣਾ ਚਾਹੁੰਦੇ ਉਸ ਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਹੱਦ ਇਸ ਗੱਲ ਦੀ ਹੈ ਔਰ ਸਰਕਾਰ ਨੂੰ ਇਸ ਨੂੰ ਲੈ ਕੇ 2 ਲੱਖ ਕਰਮਚਾਰੀਆਂ ਦੇ ਭਵਿੱਖ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ ਅਸੀਂ ਇਹੀ ਕਿਹਾ ਸੀਗਾ ਵੀ ਘੱਟੋ ਘੱਟ ਤੁਸੀਂ ਐਨਪੀਐਸ ਕਟੌਤੀ ਦਾ ਬੰਦ ਕਰੋ ਜਿਹੜਾ ਅਜ 17000 ਕਰੋੜ ਹੋਇਆ ਜਦੋਂ ਇਹ 25000 ਕਰੋੜ ਹੋਰ 2-3 ਮਹੀਨਿਆਂ ਨੂੰ ਹੋਣ ਜਾ ਰਿਹਾ ਉਦੋਂ ਫਿਰ ਤੁਸੀਂ ਕਹੋਗੇ ਹੁਣ ਬਹੁਤ ਵੱਡਾ ਅਮਾਊਂਟ ਬਣ ਗਿਆ ਜਦ ਕਿ ਜਿਹੜੇ ਸਾਡੇ ਗਵਾਂਢੀ ਸੂਬੇ ਆ ਉਹਨਾਂ ਨੇ 3 ਮਹੀਨਿਆਂ ਵਿੱਚ ਰਿਕਾਰਡ ਤੇ ਪੁਰਾਣੀ ਪੈਨਸ਼ਨ ਜਿਹੜੀ ਹੈ ਆਪਣੇ ਲਾਭ ਕਰਮਚਾਰੀਆਂ ਨੂੰ ਦਿੱਤਾ ਸਾਡੀ ਸਰਕਾਰ ਕਿਉਂ ਨਹੀਂ ਦੇ ਸਕਦੀ ਕਿਉਂਕਿ ਟਾਰਮਟੋਰ ਦੀ ਨੀਤੀ ਬਣਾ ਰਹੇ ਆ ਔਰ ਸਭ ਤੋਂ ਵੱਡਾ ਦੁੱਖ ਲੱਗਦਾ ਵੀ ਜਦੋਂ ਅਸੀਂ ਸਨੇਹਾ ਦਿੰਨੇ ਆ ਸਾਡੇ ਸਾਥੀ ਜਿਹੜੇ ਆ ਖਾਸ ਕਰਕੇ ਮੇਰੀਆਂ ਭੈਣਾਂ ਉਸ ਗਣਤੀ ਦੇ ਹਿਸਾਬ ਨਾਲ ਨਹੀਂ ਨਿਕਲਣੀਆਂ ਅੱਜ ਕੋਈ ਕੱਲੀ ਇਹ ਲੜਾਈ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਪੰਜਾਬ ਦੀ ਨਹੀਂ ਹੈ ਇਹ ਹਰ ਐਲਪੀਐਸ ਕਰਮਚਾਰੀ ਦੀ ਹੈ ਔਰ ਸੁਭਾ ਕਮੇਟੀ ਨੇ ਜਿਹੜੀ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਦੇ ਉਹਨੇ ਫੈਸਲਾ ਕੀਤਾ ਹੋਇਆ ਵੀ ਇਹ 18 ਨਵੰਬਰ ਨੂੰ ਅਸੀਂ ਕਾਲੇ ਦਿਨ ਦੇ ਰੂਪ ਚ ਮਨਾਵਾਂਗੇ ਰੋਸ ਦੇ ਰੂਪ ਚ ਮਨਾਵਾਂਗੇ ਪੰਜਾਬ ਸਰਕਾਰ ਦੀਆਂ ਆਰਖੀਆਂ ਅਰਥੀਆਂ ਜਿਹੜੀਆਂ ਐ ਔਰ ਨੋਟੀਫਿਕੇਸ਼ਨ ਦੀਆਂ ਕਾਪੀਆਂ ਹਰ ਬਲਾਕ ਪੱਧਰ ਤੇ ਹਰ ਦਫ਼ਤਰ ਮੋਰੇ ਹਰ ਸਕੂਲ ਮੋਰੇ ਹਰ ਇੰਸਟੀਚਿਊਟ ਮੋਰੇ ਜਿਹਦੇ ਚ ਐਨਪੀਐਸ ਮੁਲਾਜ਼ਮ ਬੈਠਾ ਵੱਧ ਤੋਂ ਵੱਧ ਇਕੱਠ ਕਰੋ ਆਪਣੇ ਇੱਕ-ਇੱਕ ਨੂੰ ਵਲੰਤ ਕਰੋ ਸੰਘਰਸ਼ ਦੀ ਆਵਾਜ਼ ਜਿਹੜੀ ਆ ਬਲੰਤ ਕਰੋ ਉਸ ਦਿਨ ਕੋਈ ਵੀ ਐਨਪੀਐਸ ਕਰਮਚਾਰੀ ਅਗਰ ਇਹ ਸੰਘਰਸ਼ ਦਾ ਹਿੱਸਾ ਨਹੀਂ ਬਣਦਾ ਤੇ ਉਹ ਯਾਦ ਰੱਖੇ ਵੀ ਉਹ ਐਨਪੀਐਸ ਦੇ ਹੱਕ 'ਚ ਭੁਗਤੇਗਾ ਉਹ ਉਹ ਪੁਰਾਣੀ ਪੈਨਸ਼ਨ ਬਹਾਲੀ ਦੇ ਹੱਕ 'ਚ ਨਹੀਂ ਭੁਗਤੇਗਾ ਇਹ ਨਾ ਸੋਚੋ ਕਿ ਕਿਸ ਜੱਥੇਬੰਦੀ ਨੇ ਪ੍ਰੋਗਰਾਮ ਦਿੱਤਾ ਇਹ ਦੇਖੋ ਤੁਸੀਂ ਐਨਪੀਐਸ ਪੀੜ ਤੋਂ ਔਰ ਅੱਜ ਸਮੇਂ ਦੀ ਮੰਗ ਹੈ ਵੀ ਸਾਰੇ ਇਕਜੁੱਟ ਹੋ ਕੇ 18 ਨਵੰਬਰ ਦਿਨ ਸ਼ਨੀਵਾਰ ਕਈ ਸਾਥੀਆਂ ਦੇ ਮੈਨੂੰ ਫੋਨ ਆਏ ਵੀ ਸ਼ਨੀਵਾਰ ਹੈ ਦਫ਼ਤਰਾਂ ਦੀ ਛੁੱਟੀ ਹੈ ਅਸੀਂ ਕਿਵੇਂ ਮਨਾਵਾਂਗੇ ਜਿਨ੍ਹਾਂ ਨੂੰ ਇਹ ਸਮੱਸਿਆ ਆ ਰਹੀ ਹੈ ਉਹ 17 ਨੂੰ ਮਨਾ ਲਣ ਸਾਨੂੰ ਇਸ ਗੱਲ ਦਾ ਕੋਈ ਤਰਾਜ ਨਹੀਂ ਕੱਲ ਸਾਰਾ ਹੈ 17 ਵਾਲੇ ਦਿਨ ਵੀ ਤੁਸੀਂ ਕਰ ਸਕਦੇ ਹੋ ਜਿਨ੍ਹਾਂ ਦੇ ਦਫ਼ਤਰ ਵਾਲੀ ਸਮੱਸਿਆ ਪਰ ਬਹੁਤੀ ਜੜੀ ਕਿਉਂਕਿ 18 ਨੂੰ ਇਹ ਜਿਹੜੀ ਡੇਟ ਹੈ ਨੋਟੀਫਿਕੇਸ਼ਨ ਤੇ ਉਹ 18 ਦੀ ਹੈ ਇਸ ਕਰਕੇ 18 ਜਿਹੜੀ ਨਵੰਬਰ ਹੈ ਉਸ ਕਾਲੇ ਦਿਵਸ ਔਰ ਰੋਸ ਦਿਵਸ ਦੇ ਰੂਪ ਸਾਰੇ ਐਨਪੀਐਸ ਕਰਮਚਾਰੀ ਜਿਹੜੇ ਆ ਮੇਰੀ ਬੇਨਤੀ ਹੈ ਸੂਬਾ ਕਮੇਟੀ ਬਣੋ ਵੀ ਸਾਰੇ ਕਰਮਚਾਰੀਆਂ ਨੂੰ ਪੰਜਾਬ ਦੇਆਂ ਨੂੰ ਵੀ ਉਹ ਪੂਰੇ ਇਸ ਸਾਡੀ ਬੇਨਤੀ ਨੂੰ ਧਰਮਾਂਘਵਾਰਾ ਦੇਣ ਤੇ ਅਗਲੇ ਪ੍ਰੋਗਰਾਮ ਦੀ ਜਿਹੜੀ ਹੈ ਉਹ ਤਦੇ ਸਰਕਾਰ ਜਿਹੜੀ ਇਸ ਵੇਲੇ ਕੇਸਲ ਮਾਰ ਕੇ ਬੈਠੀ ਹੋਈ ਹੈ ਔਰ ਸਰਕਾਰ ਦੇ ਮੱਥੇ ਤੇ ਜਰਾ ਵੀ ਸ਼ਿਕਰ ਨਹੀਂ ਹੈ ਕਿਉਂਕਿ ਬਾਕੀ ਰਾਜਾਂ ਵਿੱਚ ਚੋਣਾਂ ਆ ਰਹੀਆਂ ਔਰ ਉੱਥੇ ਜਾ ਕੇ ਸਰਕਾਰ ਜਿਹੜੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜੀ ਆ ਉਹ ਦਾਵਾ ਕਰ ਰਿਹਾ ਰੈਲੀਆਂ 'ਚ ਵੀ ਪੰਜਾਬ 'ਚ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਕਿਹੜੇ ਕਰਮਚਾਰੀ ਨੂੰ ਹੋਈ ਹੈ ਪੰਜਾਬ ਦਾ ਇੱਕ ਵੀ ਕਰਮਚਾਰੀ ਜਿਹੜੇ ਇਸ ਵੇਲੇ ਰਟਾਇਰ ਹੋ ਰਿਹਾ ਸਾਰਿਆਂ ਨੂੰ NPS ਦੇ ਤਹਿਤ ਉਹਨਾਂ ਦੇ ਪੁਰਾਣੇ ਅਕਾਊਂਟ ਦੇ ਤਹਿਤ ਉਹਨਾਂ ਦੇ ਪੈਨਸ਼ਨ ਜਿਹੜੇ ਖਾਤੇ ਆ ਖੋਲੇ ਜਾ ਰਹੇ ਆ ਸੋ ਇਹ ਇੱਕ ਪੰਜਾਬੀਆਂ ਨਾਲ ਔਰ ਖਾਸ ਕਰਕੇ ਪੰਜਾਬ ਦੇ ਮਲਾਜਮਾਂ ਨਾਲ ਵੱਡਾ ਧੱਕਾ ਸਰਕਾਰ ਕਰ ਰਹੀ ਹੈ ਇਸ ਧੱਕੇ ਦਾ ਜਵਾਬ ਜਿਹੜਾ ਹੈ ਅਸੀਂ ਇੱਕੇ ਤੇ ਸੰਘਰਸ਼ ਨਾ ਦੇਣਾ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਨੂੰ ਆਸ ਹੈ ਵੀ ਤੁਸੀਂ ਪਰਸੋਂ ਤੇ ਜਿਹੜੇ ਸਾਥੀਆਂ ਦੀਆਂ ਕੁਝ ਮਜਬੂਰੀਆਂ ਐ ਕੱਲ ਇਹ ਦੋ ਦਿਨ ਜਿਹੜੇ ਆ ਖਾਸ ਕਰ 18 ਨਵੰਬਰ ਨੂੰ ਕੋਸ਼ਿਸ਼ ਕਰਿਓ ਜੇ ਮਜਬੂਰੀ ਐ ਤਾਂ ਸਾਰਿਆਂ ਨੂੰ ਕਰ ਲਿਓ ਪਰ 18 ਨੂੰ ਹੀ ਅਸੀਂ ਟਾਰਗੇਟ ਕਰਨਾ ਔਰ ਵੱਡੀ ਗਿੜਤੀ ਚ ਬਲਾਕ ਪੱਤਰ ਕਿਹਦੀ ਦਾ ਸਨੇਹਾ ਨਾ ਦੇਖਿਓ ਇਹ ਨਾ ਦੇਖਿਓ ਸਾਨੂੰ ਮੈਸੇਜ ਨਹੀਂ ਆਇਆ ਇਹ ਦੇਖਿਓ ਮੈਂ ਐਨਪੀਐਸ ਸਪੀਡਤਾ ਔਰ ਮੈਂ 18 ਨਵੰਬਰ ਨੂੰ ਜਿਹੜਾ ਹੈ ਰੋਸ ਦਿਵਸ ਵਜੋਂ ਅਸੀਂ ਸਾਰਿਆਂ ਨੇ ਮਿਲ ਕੇ ਬਣਾਣਾ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ